ਸੁਣ ਸਾਨੂੰ ਦੇਖ ਕੇ ਨਿਹਾਲ ਕੀਤਾ ਮਹਾਰਾਜ ਆਪ ਜੀ ਦੀ ਰਹਿਤ ਭਗਤੀ ਮਹਾਰਾਜ ਆਪ ਜੀ ਦੇ ਰਾਜੀ ਸਿੰਘਾਂ ਤੋਂ ਮਹਾਂਪੁਰਸ਼ਾਂ ਤੋਂ ਕਥਾ ਕੀਰਤਨ ਵਿਚਾਰਾਂ ਹੋਈਆਂ ਸਤਿਗੁਰੂ ਦੀ ਬੜੀ ਸੁੰਦਰ ਬਾਣੀ ਦਰਦੇ ਪ੍ਰਵਾਨ ਕਰ ਲੈਣੇ ਅੱਖਰ ਵਾਧਾ ਘਾਟਾ ਭਗਤਕ ਨੂੰ ਆਪ ਕਰਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੇ ਅਰਥ ਭਾਵ ਸਾਡੇ ਕਠੋਰ ਹਿਰਦਿਆਂ ਨੂੰ ਸੁਣਾਉਣੇ ਮਹਾਰਾਜ ਜੀ ਗੁਰਮਤ ਦੀ ਸੁਝੀ ਵਛੜੇ ਮਨ ਮਤ ਦਾ ਨਾਸ ਕਰਨਾ ਪਿਆਰੇ ਪਿਆਰੇ ਗੁਰ ਸਿੱਖੀ ਪਰਸ਼ੋ ਕਰਨੀ ਪਵਿੱਤਰ ਪਾਵਨ ਮੁੱਖ ਵਾਗ ਦੀ ਦਾਤ ਵਾਸਤੇ ਸੰਤਾਂ ਨੂੰ ਨਿਹਾਲ ਕਰੋ ਜੀ ਨਾਨਕ।